ਫਗਵਾੜਾ ਦੇ ਨੇੜਲੇ ਪਿੰਡ ਗੁਹਾਵਰ 'ਚ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਵਿਆਹ ਨੂੰ ਉਸ ਸਮੇਂ ਰੋਕ ਦਿੱਤਾ ਜਦੋਂ ਵਿਆਹ 'ਚ ਅੰਤਿਮ ਰਸਮਾਂ ਹੋ ਰਹੀਆਂ ਸਨ। ਸ਼ੇਰਪੁਰ ਦੇ ਰਹਿਣ ਵਾਲੇ ਜਸਕਰਨ ਸਿੰਘ ਦਾ ਵਿਆਹ ਗੁਹਾਵਰ ਵਿੱਚ ਧੂਮਧਾਮ ਨਾਲ ਹੋ ਰਿਹਾ ਸੀ, ਪਰ ਵਿਆਹ ਦੇ ਮਾਹੌਲ ਵਿੱਚ ਉਸ ਸਮੇਂ ਖਲਲ ਪੈ ਗਿਆ ਜਦੋਂ ਮੌਕੇ 'ਤੇ ਆਪਣੇ ਪਰਿਵਾਰ ਨਾਲ ਪਹੁੰਚੀ ਇੱਕ ਲੜਕੀ ਨੇ ਬਵਾਲ ਖੜ੍ਹਾ ਕਰ ਦਿੱਤਾ ਅਤੇ ਵਿਆਹ ਕਰਵਾ ਰਹੀ ਲੜਕੀ ਨੂੰ ਆਪਣਾ ਪ੍ਰੇਮੀ ਦੱਸਿਆ। ਜਸਕਰਨ ਸਿੰਘ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਬਰਾਤੀਆਂ ਨਾਲ ਬੈਂਡ ਬਾਜੇ ਨਾਲ ਵਿਆਹ ਕਰਵਾਉਣ ਪਹੁੰਚਾ ਸੀ, ਪਰ ਆਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਦੀ ਪ੍ਰੇਮਿਕਾ ਨੇ ਬਵਾਲ ਖੜ੍ਹਾ ਕਰ ਦਿੱਤਾ। ਪ੍ਰੇਮਿਕਾ ਨੇ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਲੋਕਾਂ ਦੇ ਨਾਲ ਆ ਕੇ ਜਸਕਰਨ ਦੇ ਰਿਸ਼ਤੇ ਦੇ ਬਾਰੇ ਵਿੱਚ ਦੱਸਿਆ ਅਤੇ ਇਸ ਵਿਆਹ ਨੂੰ ਰੁਕਵਾ ਦਿੱਤਾ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਹੁਣ ਕੀ ਤੁਸੀਂ ਇੱਥੇ ਹੁਣ ਕੀ ਮੰਗ ਕੇ ਕਰਦੇ ਪਏ? ਮੈਨੂੰ ਇਹ ਆ ਕਿ ਉਹਦੀ ਵੀ ਜ਼ਿੰਦਗੀ ਖਰਾਬ ਕਰਨ ਲੱਗਾ ਸੀ, ਮੇਰੀ ਵੀ ਕਰਦਾ, ਮੈਨੂੰ ਇਨਸਾਫ ਚਾਹੀਦਾ ਵਾ। ਕਿੰਨੇ ਚਿਰ ਤਾਈਂ ਤੁਸੀਂ ਨਾਲ ਰਿਲੇਸ਼ਨ ਦੇ ਵਿੱਚ ਰਹੇ? 1 ਸਾਲ ਹੋ ਗਿਆ, 1.5 ਸਾਲ ਹੋ ਗਿਆ ਮੇਰੇ ਨਾਲ ਰਹਿੰਦੇ, ਮੇਰੇ ਪਿੰਡ ਵੀ ਰਿਹਾ ਹੈ, ਘਰਦਿਆਂ ਦੀ ਫੈਮਿਲੀ ਦੇ ਵਿੱਚ ਰਿਹਾ ਹੈ। ਪਹਿਲਾਂ ਤਾਂ ਜਸਕਰਨ ਸਿੰਘ ਆਪਣੀ ਗਲਤੀ ਤੋਂ ਮੁਕਰਦਾ ਨਜ਼ਰ ਆਇਆ। ਉਸਦਾ ਕਹਿਣਾ ਸੀ ਕਿ ਸੰਦੀਪ ਨਾਲ ਫਰੈਂਡਸ਼ਿਪ ਉਸਦੀ ਕੁਝ ਮਹੀਨਿਆਂ ਤੋਂ ਸੀ, ਪਰ ਜਦੋਂ ਮੀਡੀਆ ਨੇ ਸੰਦੀਪ ਵੱਲੋਂ ਦਿਖਾਏ ਸਬੂਤਾਂ ਦੇ ਬਾਰੇ ਵਿੱਚ ਦੱਸਿਆ ਤਾਂ ਜਸਕਰਨ ਆਪਣੀ ਗਲਤੀ ਮੰਨਦਾ ਨਜ਼ਰ ਆਇਆ। ਲੜਕੀ ਸੰਦੀਪ ਦਾ ਇਹ ਕਹਿਣਾ ਆ ਵੀ ਪਿਛਲੇ 1.5 ਸਾਲ ਤੋਂ ਅਸੀਂ ਇਕੱਠੇ ਰਹਿੰਦੇ ਰਹੇ ਹਾਂ, ਅਸੀਂ ਪਵਾੜੇ ਵੀ ਰਹੇ ਹਾਂ, ਇੱਕ ਦੋ ਇਲਾਕੇ ਉਹਨੇ ਹੋਰ ਵੀ ਦੱਸੇ, ਅਸੀਂ ਉੱਥੇ ਉੱਚਾ ਪਿੰਡ ਵੀ ਰਹੇ ਹਾਂ। ਹਾਂਜੀ, ਇਹ 'ਚ ਕਿੰਨੀ ਕੁ ਸੱਚਾਈ ਹੈ? ਕੁਛ ਲੜਕੀ ਵੱਲੋਂ ਮੌਕੇ 'ਤੇ ਪੁਲਿਸ ਨੂੰ ਇੱਕ ਫੋਟੋਆਂ ਦਿਖਾਈਆਂ ਗਈਆਂ, ਉਹਦੇ ਵਿੱਚ ਕਰਵਾ ਚੌਥ ਦੀਆਂ ਫੋਟੋਆਂ ਆ। ਤੁਸੀਂ ਉਹਨਾਂ ਨੇ ਕਰਵਾ ਚੌਥ ਦੇ ਮੌਕੇ 'ਤੇ ਜਿੱਦਾਂ ਸਾਰੇ ਰੀਤੀ ਰਿਵਾਜ ਕਰਦੇ ਹੁੰਦੇ, ਉਹ ਕੁਛ ਨਜ਼ਰ ਆ ਰਹੀ, ਉਹ ਫਿਰ ਕੀ ਚੀਜ਼ ਹੈ? ਗਲਤੀ ਵੀ ਤੁਹਾਡੇ ਕੋਲ ਮੈਨੂੰ ਕਹਿੰਦੇ ਤੁਸੀਂ ਮੰਨਦੇ ਹੋ ਵੀ ਮੇਰਾ ਫਰੈਂਡ ਸਰਕਲ ਉਹ 'ਚ ਰਿਸ਼ਤਾ ਸੀਗਾ? ਜਿਹੜਾ ਤੁਸੀਂ ਕਹਿੰਦੇ ਆ ਵੀ ਫਰੈਂਡ ਸਰਕਲ ਦੇ ਵਿੱਚ ਸੀਗਾ, ਉਹ ਕਿੰਨਾ ਕੁ ਟਾਈਮ ਤੁਸੀਂ ਰਹੇ ਹੋ ਇਕੱਠੇ? ਅਸੀਂ ਤੁਹਾਨੂੰ ਦੱਸਿਆ ਹੋਇਆ ਜੀ, ਵੈਸੇ 4-5 ਮਹੀਨੇ ਯਾਨੀ ਕਿ ਇਕੱਠੇ ਤੁਸੀਂ ਇੱਕ ਜਗ੍ਹਾ ਕਿਸੇ ਘਰ 'ਚ ਨਹੀਂ ਰਹੇ, ਉੱਦਾਂ ਤੁਸੀਂ ਮਿਲਦੇ ਰਹੇ ਹੋ ਦੋ, ਇਹ ਗੱਲ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਸੰਦੀਪ ਨਾਮਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸਦਾ ਕਹਿਣਾ ਸੀ ਕਿ ਉਸਦਾ ਪ੍ਰੇਮੀ ਜੋ 1.5 ਸਾਲ ਤੱਕ ਉਸ ਦੇ ਨਾਲ ਪਤੀ ਪਤਨੀ ਵਾਂਗ ਰਿਹਾ ਸੀ, ਉਸ ਨੂੰ ਧੋਖਾ ਦੇ ਕੇ ਦੂਸਰਾ ਵਿਆਹ ਕਰਵਾ ਰਿਹਾ, ਤਾਂ ਉਹਨਾਂ ਨੇ ਲੜਕੀ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਦੇ ਪਤਵੰਤੇ ਲੋਕਾਂ ਨੇ ਦੋਨਾਂ ਧਿਰਾਂ ਵਿਚਕਾਰ ਲਿਖਤੀ ਤੌਰ ਤੇ ਰਾਜ਼ੀਨਾਮਾ ਕਰਵਾ ਦਿੱਤਾ, ਨਾਲ ਹੀ ਹੰਗਾਮਾ ਹੋਣ ਤੋਂ ਬਾਅਦ ਭਾਰੀ ਸੁਰੱਖਿਆ ਦੇ ਵਿਚਕਾਰ ਲੜਕੇ ਦੀ ਬਰਾਤ ਨੂੰ ਵਾਪਸ ਭੇਜ ਦਿੱਤਾ ਗਿਆ ਅਤੇ ਲੜਕੇ ਦੀ ਮਾਂ ਆਪਣੇ ਬੇਟੇ ਦਾ ਵਿਆਹ ਟੁੱਟਣ ਤੇ ਰੋਂਦੀ ਕੁਰਲਾਉਂਦੀ ਹੋਈ ਵਾਪਸ ਵਿਦਾ ਹੋਈ। ਗੁਰਾਇਆ ਤੋਂ ਬਿੰਦਰ ਸੁਮਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563।